ਇਹ ਜੀ ਲੁੱਡਨ ਮੰਡੀ ਦੇ ਵਿੱਚ ਮਾਸ਼ਾਅੱਲਾ ਵਹਿੜਾਂ, ਜਿਹੜੇ ਬੰਦੇ ਨਵੀਂ ਫਾਰਮਿੰਗ ਕਰਨਾ ਚਾਹ ਰਹੇ ਆ ਉਹਨਾਂ ਲਈ ਇਹ ਰੇਟ ਤੁਹਾਨੂੰ ਦਿਖਾ ਦਿੰਦੇ ਹਾਂ। ਡਿਫਰੈਂਟ ਕਿਸਮ ਦਾ ਮਾਲ ਹੈਗਾ, ਛੋਟੀਆਂ ਵੀ ਨੇ ਵੱਡੀਆਂ ਵੀ ਨੇ। ਬੋਸ ਜੀ ਕੀ ਮੁੱਲ ਕਰ ਰਿਹਾ ਜੀ ਇਹਦਾ? ਪਚਾਨਵੇਂ ਹਜ਼ਾਰ ਚ ਸਹੀ ਵਾਲ ਤੱਕ ਇਹਨਾਂ ਦਾ ਵਜ਼ਨ ਕਿੰਨਾ ਕਿੰਨਾ ਹੋਏਗਾ? ਗੋਸ਼ਤ ਢਾਈ ਢਾਈ ਮਣ ਗੋਸ਼ਤ 'ਚ। ਸਹੀ ਹੈ, ਸੋਹਣੀ ਵੈੜ ਪ੍ਰਿੰਟ ਵਾਲੀ ਇਹਦੀ। ਆ ਵਿੱਚ ਹੌਲੀਆਂ ਵੀ ਹੈਗੀਆਂ ਕੁਝ ਚਾਰ ਕੁ। ਇੱਥੋਂ ਤੱਕ ਆਪਣੀਆਂ 95,000 ਵਾਲੀਆਂ, ਆਹ ਜਿਹੜੀਆਂ 62,000 'ਚ, ਇਹ 62,000 'ਚ ਸਹੀ ਹੋ ਗਿਆ। ਸ਼ਾਮ ਬਾਈ ਕੀ ਹਾਲ? ਠੀਕ ਅਲਹਮਦੁਲਿਲਾ। ਨੰਬਰ ਸ਼ੰਬਰ ਹੈ ਆਪਣੇ ਕੋਲ? ਨੰਬਰ ਬੋਲੋ ਤਾਂ। 0365 67 67 44 547 527। ਕਿਹੜਾ ਇਲਾਕਾ ਆਪਣਾ? ਆਪਣਾ ਹੈਗਾ ਭਾਵਨਗਰ। ਇਹ ਸਾਰੀਆਂ 95,000 'ਚ ਹੈ। ਆਹ ਤਿੰਨ ਚਾਰ ਵਹਿੜਾਂ ਦੇਖੀਆਂ, ਬੜੀਆਂ ਸਵਾਦੀ ਹੈ ਵਹਿੜਾਂ ਟਾਇਟ। ਆਹ ਵੱਡੀ ਦਾ ਬੜਾ ਮੁੱਲ ਆ ਕਾਲੀ ਦਾ, ਇਹ ਦੰਦ ਹਿਲਾਈ ਖੜੀ ਆ। ਇਹ ਵਜ਼ਨ 'ਚ ਕਿੰਨੀ ਪਾ ਰਿਹਾ? 4 ਮਣ ਗੋਸ਼ਤ 'ਚ। ਅੱਛਾ, ਸਹੀ ਰੇਵੜ ਦੀ ਹੈ ਇਹ। 1,65,000 ਦੀ ਅਤੇ ਬਾਕੀ ਆ 95,000 ਰੁਪਏ 'ਚ। ਸਹੀ ਹੈ, ਇਹ ਵੀ ਆਪਣੀਆਂ ਇੱਧਰਲੀਆਂ। ਅਹਿਮਦ ਭਾਈ ਕੀ ਹਾਲ? ਕੀ ਮੁੱਲ ਕਰ ਰਿਹਾ ਜੀ ਇਹਨਾਂ ਦਾ? ਆ ਸਾਰੀਆਂ ਆਪਣੀਆਂ ਹੀ ਆ, ਤੋੜੋ ਤੋੜੀ ਇੱਕੋ ਹੀ ਰੇਟ ਕਰਦੇ। ਇਹ ਨਵੇਂ ਫਾਰਮਰ ਜਿਹੜੇ ਨੇ ਜੀ ਉਹਨਾਂ ਲਈ ਹੈ ਵੀਡੀਓ ਖਾਸ ਤੌਰ 'ਤੇ। ਚੰਗੀਆਂ ਬੱਚੀਆਂ। ਅੱਛਾ, ਜਿਹੜੀਆਂ ਵੇਚੀਆਂ ਕੀ ਰੇਟ ਵੇਚੀਆਂ? ਦੋ ਬੱਚੇ ਵੇਚੀਆਂ ਨੇ, ਇੱਕ ਆ ਖੜੀ, ਇੱਕ ਆ ਪਹਿਲੇ ਨੰਬਰ ਵਾਲੀ, ਸਫੈਦ ਦੇ ਨਾਲ। ਹਾਂ, ਇਹ ਵੇਚੇ ਨੇ 1,15,000 ਦੇ ਦੋ ਬੱਚੇ। 1,15,000 ਮਤਲਬ ਬਣ ਗਿਆ ਤਕਰੀਬਨ 60,000 ਨਾ, 58,000 ਚ ਬਹਿ ਗਈ। 55,000 ਰੁਪਏ, 57,500। 17 ਬੱਚਿਆਂ ਨੇ ਪਿੰਡ ਵਿੱਚ ਦੋ ਨਿਕਲ ਗਈਆਂ ਨੇ, ਅੱਗੇ ਆ ਗਏ ਨੇ 15। ਇੱਧਰ ਆ ਜਰਾ ਚੈੱਕ ਕਰਾ ਦੇ ਸਾਰੀਆਂ ਇਹਨਾਂ ਦਾ। ਨਹੀਂ, ਚੰਗੀਆਂ ਵੈੜਾਂ ਤੇ ਨਾਫ ਜਾਲਰ ਵਾਲੀ, ਨਵੇਂ ਫਾਰਮਰ ਜਿਹੜੇ ਆ ਉਹਨਾਂ ਲਈ ਤਾਂ ਬੜਾ ਫਿੱਟ ਮਾਲ ਆ। ਛੋਟਾ ਹਾਂ, ਇਹ ਵੇਚੀ ਸਹੀ ਹੈ। ਕੀ ਮੁੱਲ ਕਰ ਰਿਹਾ ਅਹਿਮਦ ਭਾਈ ਇਹਨਾਂ ਦਾ ਸਾਰੀਆਂ? 15 ਬੱਚਿਆਂ ਰਹਿ ਗਈਆਂ ਆਪਣੇ ਕੋਲ। 15 ਇਹ ਸਾਰੀਆਂ ਆਪਾਂ ਪੁੱਠੇ ਦੇ ਹਿਸਾਬ ਨਾਲ ਦੇ ਦਿਓ ਸਰ। 60,000 60,000 ਨਾਲ 60,000 ਦੇ ਪੁੱਠੇ ਤੋਂ ਸਾਰੀਆਂ ਦੇ ਦਿਓ। ਵੱਡੀਆਂ ਵੀ ਆ ਵਿੱਚ, ਵੱਡੀਆਂ ਵੀ ਆ, ਛੋਟੀਆਂ ਵੀ ਆ। ਛੋਟੀਆਂ ਵੀ, ਵੱਡੀਆਂ ਵੀ। ਕਿਹੜਾ ਇਲਾਕਾ ਆਪਣਾ? ਜ਼ਿਲ੍ਹਾ ਬਾਵਲ ਨਗਰ, ਸ਼ਹਿਰ ਹਰੂਨਾਬਾਦ।
ਹਰੂਨਾਬਾਦ। ਨੰਬਰ ਸ਼ੰਬਰ ਹੈਗਾ 0304-4-1494-1494, ਵਟਸਐਪ ਕਾਲ ਜਾਂ ਮੋਬਾਈਲ ਕਾਲ। ਠੀਕ ਹੋ ਗਿਆ ਜੀ, ਬਾਕੀ ਵਿਜ਼ਿਟ ਕਰੋ ਭਾਈ ਅਹਿਮਦ ਹੋਣਾ ਨੂੰ, ਮੁਹੰਮਦ ਅਹਿਮਦ ਹੋਣਾ ਨੂੰ। ਇਹ ਮਾਲ ਆ 15 ਜਨਵਰ ਨੇ ਤਾਂ 60,000 ਦੇ ਹਿਸਾਬ ਨਾਲ ਇਹ ਤਕਰੀਬਨ 9,00,000 ਰੁਪਏ ਦਾ ਸਾਰਾ ਸੈਟਅਪ ਹੈਗਾ, ਸਾਰਾ ਮਾਲ ਜਿਹੜਾ 9,00,000 ਰੁਪਏ ਮਾਲ। ਜ਼ਿਆਦਾ ਮਾਲ ਜ਼ਿਆਦਾ, ਨਾਲੇ ਇੱਕ ਵਧਣ ਵਾਲਾ ਮਾਲ ਹੈ, ਮੁਕਤੀ ਆ ਗਿਆ ਮਾਲ, ਇਹਨਾਂ ਇਹਦੀ ਖੁਰਾਕ ਵੀ ਨਹੀਂ ਖਾਣੀ, ਕਿਉਂ ਛੋਟੀ ਛੋਟੀਆਂ ਗਰਮੀ ਸਰਦੀ ਬਰਦਾਸ਼ਤ ਕਰਨ ਵਾਲਾ ਤਿਆਰ ਹੋ ਜਾਣੀਆਂ। ਸਹੀ ਗੱਲ, ਹਾਂ ਠੀਕ ਹੋ ਗਿਆ ਜੀ। ਵੀਡੀਓ ਚੰਗੀ ਲੱਗੇ ਸ਼ੇਅਰ ਲਾਜ਼ਮੀ ਕਰਨਾ ਅਤੇ ਚੈਨਲ 'ਤੇ ਨਵੇਂ 'ਤੇ ਸਬਸਕ੍ਰਾਈਬ ਵੀ ਕਰੋ।